ਇਸ ਵੇਲੇ ਦੀ ਵੱਡੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਨੌਜਵਾਨ ਨੂੰ ਵੱਢ ਕੇ ਟਾਕੂਏ ਦੇ ਨਾਲ ਗੰਨੇ ਦੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ। ਤਾਂ ਪੁਲਿਸ ਨੂੰ ਪਿਛਲੇ ਦਿਨੀ ਇੱਕ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਲਾਸ਼ ਮਿਲੀ ਸੀ। ਲਾਸ਼ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲਿਆ। ਕਬਜ਼ੇ ਤੋਂ ਬਾਅਦ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ, ਤਾਂ ਪਤਾ ਲੱਗਿਆ ਕਿ ਪ੍ਰੇਮ ਸੰਬੰਧ ਹੋਣ ਦੇ ਸ਼ੱਕ ਦੇ ਆਧਾਰ ਦੇ ਉੱਪਰ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਤਾਂ ਇੱਕ ਚਾਚੇ ਭਤੀਜੇ ਦੇ ਉੱਪਰ ਪੁਲਿਸ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਤੋਂ ਬਾਅਦ ਉਸਦਾ 2 ਦਿਨ ਦਾ ਰਿਮਾਂਡ ਲਿੱਤਾ ਗਿਆ। ਤਾਂ ਉਸਦੇ ਵਿੱਚ ਖੁਲਾਸਾ ਹੋਇਆ ਕਿ ਇਹ ਕਤਲ ਆ ਜਿਹੜਾ ਉਹ ਚਾਚੇ ਭਤੀਜੇ ਦੇ ਵੱਲੋਂ ਹੀ ਕੀਤਾ ਗਿਆ। ਟਾਕੂ ਇਹਦੇ ਨਾਲ ਉਸ ਮੁੰਡੇ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਉਸਨੂੰ ਬੁਰੀ ਤਰ੍ਹਾਂ ਵੱਢ ਕੇ ਗੰਨੇ ਦੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ। ਤਾਂ ਇਹ ਕਬੂਲਨਾਮਾ ਜਿਹੜਾ ਉਹ ਇੱਕ ਵਿਅਕਤੀ ਦੇ ਵੱਲੋਂ ਕੀਤਾ ਗਿਆ। ਤਾਂ ਉਸਦੇ ਵੱਲੋਂ ਕਹਿਣਾ ਕਿ ਅਸੀਂ ਚਾਚੇ ਭਤੀਜੇ ਸੀ, ਸਾਨੂੰ ਸ਼ੱਕ ਸੀ ਵੀ ਇਸਦੇ ਲੜਕੀ ਦੇ ਨਾਲ ਪ੍ਰੇਮ ਸੰਬੰਧ ਹੋਣਗੇ। ਸ਼ੱਕ ਦੇ ਆਧਾਰ ਤੇ ਹੀ ਸਾਡੇ ਵੱਲੋਂ ਇਹ ਜਿਹੜਾ ਕਾਰਨਾਮਾ ਉਹ ਕੀਤਾ ਗਿਆ। ਤਾਂ ਅਜਨਾਲਾ ਤੋਂ ਇਹ ਵੱਡਾ ਮਾਮਲਾ ਸਾਹਮਣੇ ਆ ਰਿਹਾ, ਜਿੱਥੇ ਚਾਚੇ ਭਤੀਜੇ ਦੇ ਵੱਲੋਂ ਸ਼ੱਕ ਦੇ ਆਧਾਰ ਦੇ ਉੱਪਰ, ਪ੍ਰੇਮ ਸੰਬੰਧ ਹੋਣ ਦੇ ਆਧਾਰ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ। ਤਾਂ ਟਾਕੂਏ ਦੇ ਨਾਲ ਕਤਲ ਕੀਤਾ ਗਿਆ। ਕਤਲ ਕਰਨ ਤੋਂ ਬਾਅਦ ਨੂੰ ਲਾਸ਼ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ। ਵੱਢਣ ਤੋਂ ਬਾਅਦ ਉਸਨੂੰ ਗੰਨੇ ਦੇ ਖੇਤਾਂ ਦੇ ਵਿੱਚ ਸੁੱਟ ਦਿੱਤਾ। ਤਾਂ ਪੁਲਿਸ ਨੂੰ ਪਿਛਲੇ ਦਿਨੀ ਇੱਕ ਲਾਸ਼ ਮਿਲਦੀ ਆ ਭੇਦ ਭਰੇ ਹਾਲਾਤਾਂ ਦੇ ਵਿੱਚ। ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ, ਤਾਂ ਜਾਂਚ ਦੇ ਵਿੱਚ 2 ਵਿਅਕਤੀਆਂ ਦੇ ਉੱਪਰ ਸ਼ੱਕ ਜ਼ਾਹਿਰ ਕੀਤਾ ਜਾਂਦਾ। ਸ਼ੱਕ ਜ਼ਾਹਿਰ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ। ਉਸ ਤੋਂ ਬਾਅਦ ਜਦੋਂ ਰਿਮਾਂਡ ਹਾਸਲ ਹੁੰਦਾ, ਤਾਂ ਪਤਾ ਲੱਗਦਾ, ਖੁਲਾਸਾ ਹੁੰਦਾ ਹੈ ਕਿ ਇਹ ਕਤਲ ਆ ਜਿਹੜਾ 2 ਵਿਅਕਤੀਆਂ ਦੇ ਵੱਲੋਂ ਕੀਤਾ ਗਿਆ। ਇੱਕ ਵਿਅਕਤੀ ਨੂੰ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜਾ ਵਿਅਕਤੀ ਹੈ ਜਿਹੜਾ ਉਹ ਮੌਕੇ ਤੋਂ ਫਰਾਰ ਹੋਇਆ ਵਾ, ਹਾਲੇ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ। ਤੇ ਪੁਲਿਸ ਦੇ ਵੱਲੋਂ ਜਿਸ ਹਥਿਆਰ ਦੇ ਨਾਲ ਕਤਲ ਕੀਤਾ ਗਿਆ ਸੀ ਉਹ ਵੀ ਉਸ ਵਿਅਕਤੀ ਦੇ ਕੋਲੋਂ ਬਰਾਮਦ ਕਰ ਲਿਆ ਗਿਆ। ਸਰ, ਕੀ ਮਾਮਲਾ ਹੈ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ? ਮਿਤੀ 21/3/2024 ਨੂੰ ਸਾਨੂੰ ਇੱਕ ਫੋਨ ਆਇਆ ਸੀ ਕਿ ਡੱਲਾ ਰਾਜਪੂਤਾਂ ਦੇ ਖੇਤਾਂ ਦੇ ਵਿੱਚ ਇੱਕ ਕਾਨੂੰਨ ਬੰਦੇ ਨੂੰ ਵੱਢ ਕੇ ਸੁੱਟਿਆ ਹੋਇਆ। ਮੈਂ ਆਪਣੀ ਪਾਰਟੀ ਦੇ ਸਮੇਤ ਉੱਥੇ ਪਹੁੰਚਿਆ ਅਤੇ ਉੱਥੇ ਜਾ ਕੇ ਦੇਖਿਆ ਕਿ ਇੱਕ ਅਮਰਜੀਤ ਸਿੰਘ, ਜਿਹੜਾ ਕਿ ਭਿੰਡੀ ਨੈਣ ਦਾ ਰਹਿਣ ਵਾਲਾ ਸੀਗਾ, ਉਹਨੂੰ ਬੜੇ ਬੁਰੀ ਤਰੀਕੇ ਨਾਲ ਵੱਢਿਆ ਹੋਇਆ ਸੀ, ਜਿਹਦੀ ਡੈਥ ਹੋ ਚੁੱਕੀ ਸੀ। ਉਹਦੀ ਡੈਡ ਬੋਡੀ ਨੂੰ ਆਈਡੈਂਟੀਫਿਕੇਸ਼ਨ ਕਰਕੇ, ਉਹਦੇ ਭਰਾ ਦੇ ਬਿਆਨ 'ਤੇ ਕੇਸ ਰਜਿਸਟਰ ਕਰਕੇ ਮੁਕੱਦਮਾ ਨੰਬਰ 45 ਦੀ ਤਫਤੀਸ਼ ਸ਼ੁਰੂ ਕੀਤੀ। ਡਿਊਰਿੰਗ ਇਨਵੈਸਟੀਗੇਸ਼ਨ ਹੀ ਇਹ ਗੱਲ ਸਾਹਮਣੇ ਆ ਗਈ ਕਿ ਇਹ ਮਾਮਲਾ ਕੋਈ ਪ੍ਰੇਮ ਸੰਬੰਧ ਦਾ ਹੋ ਸਕਦਾ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਹੀ ਜਸਵੰਤ ਸਿੰਘ ਅਤੇ ਉਸਦਾ ਭਤੀਜਾ ਨਾਨਕ ਸਿੰਘ, ਉਹਨਾਂ 'ਤੇ ਸ਼ੱਕ ਪੈ ਰਿਹਾ ਸੀ। ਜੋ ਜਸਵੰਤ ਸਿੰਘ ਨੇ ਬਾਅਦ 'ਚੋਂ ਮੰਨ ਲਿਆ ਕਿ ਇਹ ਮਰਡਰ ਜਿਹੜਾ ਆ ਉਹਨਾਂ ਨੇ ਸ਼ੱਕ ਦੇ ਆਧਾਰ 'ਤੇ ਕੀਤਾ। ਅਤੇ ਜੋ ਵੈਪਨ ਹੈਗਾ ਆ ਉਹ ਵੀ ਜਸਵੰਤ ਸਿੰਘ ਤੋਂ ਬਰਾਮਦ ਕਰਵਾ ਲਿਆ। ਮੁਕੱਦਮੇ ਦੇ ਵਿੱਚ ਜਸਵੰਤ ਸਿੰਘ ਦੀ ਅਰੈਸਟ ਪਾ ਕੇ ਉਹਨੂੰ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ। ਨਾਨਕ ਸਿੰਘ ਜਿਹੜਾ ਆ ਉਹਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ। ਸਰ, ਵੈਪਨ ਕਿਹੜਾ ਯੂਜ਼ ਕੀਤਾ ਸੀ? ਗੰਨਿਆਂ ਵੱਢਣ ਲਈ ਜਿਹੜਾ ਟਗੂਆ ਵਰਤਦੇ ਆ, ਟੋਕਾ, ਉਹ ਉਹਦੇ ਹੱਥ 'ਚ ਸੀ, ਕਿਉਂਕਿ ਗੰਨਾ ਵੇਚਣ ਦਾ, ਗੰਨਾ ਵੱਢਣ ਦਾ ਕੰਮ ਕਰਦੇ ਆ, ਅਤੇ ਉਹ ਕੰਮ ਤੋਂ ਆ ਕੇ ਉਹਦੇ ਹੱਥ ਦੇ ਵਿੱਚ ਸੀ ਅਤੇ ਉਹਨਾਂ ਉਹਨੇ ਮਰਡਰ ਕਰਤਾ।